ਡਾਈਟ ਦਾ ਮਤਲਬ ਇਹ ਨਹੀਂ ਹੁੰਦਾ ਘੱਟ ਖਾਣਾ ਉਬਲਿਆ ਖਾਣਾ ਜਾਂ ਟੇਸਟਲੈਸ ਖਾਣਾ ਡਾਈਟ ਦਾ ਮਤਲਬ ਹੁੰਦਾ ਖੁਰਾਕ ਤੇ ਖੁਰਾਕ ਉਹੀ ਖਾਣੀ ਚਾਹੀਦੀ ਹੈ ਜਿਹੜੀ ਮਨ ਨੂੰ ਭਾਉਂਦੀ ਹੈ ਸਿਆਣੇ ਐਵੇਂ ਨਹੀਂ ਕਹਿੰਦੇ ਪਾਓ ਜੱਗ ਭਾਂਦਾ ਖਾਓ ਮਨ ਭਾਂਦਾ ਸੋ ਅੱਜ ਆਪਾਂ ਬਣਾਨੇ ਆ ਮਨ ਨੂੰ ਭਾਂਦੀ ਆਪਣੀ ਟਿੱਕੀ ਚਾਟ ਇਹ ਪੂਰੀ ਪਲੇਟ ਦੇ ਵਿੱਚ ਹੈਗੀਆਂ 1200 ਕੈਲਰੀ ਤੇ 22 ਗ੍ਰਾਮ ਪ੍ਰੋਟੀਨ ਸੋ ਵਿਦਾਊਟ ਵੇਸਟਿੰਗ ਐਨੀ ਟਾਈਮ 让我们 ਗੈਟ ਇਨਟੂ ਦ ਰੈਸਿਪੀ ਟਿੱਕੀ ਚਾਟ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਆਪਾਂ ਟਿੱਕੀਆਂ ਬਣਾਉਣੀਆਂ ਨੇ ਟਿੱਕੀਆਂ ਬਣਾਉਣ ਦੇ ਲਈ ਆਪਾਂ ਕੱਲ ਜਿਹੜੀ ਸੋਇਆ ਬਰੀਆਨੀ ਬਣਾਈ ਸੀ ਉਹਦੇ ਇੱਕ ਸਬ ਨੂੰ ਯੂਜ਼ ਕਰਾਂਗੇ ਉਹਦੇ 'ਚ 1.5 ਚਮਚਾ ਬੇਸਨ ਦਾ ਪਾ ਕੇ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਮਿਕਸ ਕਰਨ ਤੋਂ ਬਾਅਦ ਉਹਦੀਆਂ ਟਿੱਕੀਆਂ ਦੀ ਸ਼ੇਪ ਦੇ ਦਿਓ ਜਿਵੇਂ ਤੁਸੀਂ ਵੀਡੀਓ ਦੇਖ ਰਹੇ ਹੋ ਤੇ ਚੰਗੀ ਤਰ੍ਹਾਂ ਉਹਨੂੰ ਬ੍ਰੈਡ ਕ੍ਰੰਬ ਨਾਲ ਕੋਟੇਟ ਕਰ ਲਓ ਦੂਜੇ ਪਾਸੇ ਆਪਾਂ ਆਪਣੇ ਪੈਨ ਨੂੰ ਹੀਟ ਅਪ ਕਰਾਂਗੇ ਇੱਕ ਚਮਚਾ ਦੇਸੀ ਘਿਓ ਦਾ ਉਹਦੇ 'ਚ ਬ੍ਰਸ਼ ਅਪ ਕਰਨ ਤੋਂ ਬਾਅਦ ਟਿੱਕੀਆਂ ਆਪਣੀ ਪਿਆਰ ਨਾਲ ਉਹਦੇ ਤੇ ਰੱਖ ਦਾਂਗੇ ਤੇ 2-4 ਮਿੰਟ ਉਹਨੂੰ ਕੁੱਕ ਕਰਾਂਗੇ ਉਸ ਤੋਂ ਬਾਅਦ ਉਹਨ ਦੇ ਵਿੱਚ 40 ਕੈਲਰੀਸ ਨੇ ਤੇ 4 ਗ੍ਰਾਮ ਪ੍ਰੋਟੀਨ ਆ ਉਹਦੇ ਉੱਤੇ ਆਪਾਂ ਪਾਵਾਂਗੇ 150 ਗ੍ਰਾਮ ਗ੍ਰੀਕ ਯੋਗਰਟ ਦੈਨ ਹਰੀ ਚਟਨੀ ਲਾਲ ਚਟਨੀ ਕੱਟਿਆ ਹੋਇਆ ਟਮਾਟਰ ਪਿਆਜ਼ ਤੇ 20 ਗ੍ਰਾਮ ਆਲੂ ਭੁਜੀਆ ਦੈਨ ਉਸ ਤੋਂ ਬਾਅਦ ਮਸਾਲੇ ਐਡ ਕਰਾਂਗੇ ਲਾਲ ਮਿਰਚ ਲੋਣ ਚਾਟ ਮਸਾਲਾ ਹਰੀ ਮਿਰਚਾ ਇਹ ਆਪਸ਼ਨਲ ਨੇ ਜੇ ਤੁਹਾਨੂੰ ਤਿੱਖਾ ਪਸੰਦ ਆ ਤੁਹਾਡੀ ਟਿੱਕੀ ਚਾਟ ਤਿਆਰ ਹੋ ਗਈ Enjoy let me know how you find out make sure you follow me for more video like this one thank you ji changi sasikala